ਹਾਂ ਸੈਮੀ ਹਾਂਜੀ ਮੈਨੂੰ ਤਾਂ ਵੈਸੇ ਤੁਸੀਂ ਉਦਾਂ ਹੀ ਬਹੁਤ ਸੋਹਣੇ ਲੱਗਦੇ ਹੋ ਪਰ ਫਿਰ ਵੀ ਮੈਂ ਤੁਹਾਨੂੰ ਕੁਝ ਕਹਿਣਾ ਚਾਹੁੰਦੀ ਸੀ ਕਿ ਤੁਸੀਂ ਨਾ ਬਣ ਕੇ ਰਿਹਾ ਕਰੋ ਓਕੇ ਹਾਂ ਮੁੜੀ ਕਿਹੜਾ ਕੱਟ ਆ ਕਿੱਥੇ ਓ ਹੈਲੋ ਹਾਂ ਇੱਧਰ ਕਿੱਧਰ ਕੁੜੀ ਕਿਹਾ ਨਹੀਂ ਕਿ ਤੁਹਾਡੇ ਬਾਹਰ ਨਹੀਂ ਗੱਲ ਚਲੀ ਜਾਂਦੀ ਆ ਅੱਛਾ ਤੂੰ ਆਪਦੀ ਗੱਲ ਕਰ ਰਹੀ ਸੀ ਹਾਂ ਆ ਕੀ ਹੈ ਵੈਸੇ ਕਿੱਥੇ ਆਹਾ ਉਹ ਬੱਦਲ ਕਿੰਨਾ ਓਏ ਕਿੰਨਾ ਮੀਂਹ ਪਊ ਲੱਗਦਾ ਮੈਨੂੰ ਹਨਾ ਛੱਡੋ ਪਰੇ ਬੱਦਲ ਨੂੰ ਹਾਂ ਓਏ ਲੋਟ ਰੱਖ ਕੇ ਮੈਂ ਮੁੜਿਆ ਖੈਰ ਓਹੋ ਸ਼ਾਪਿੰਗ ਸੈਂਟਰ ਲੱਗਦਾ ਮੈਨੂੰ ਨਹੀਂ ਨਹੀਂ ਜਿਮ ਆ ਤੈਨੂੰ ਹਰ ਇੱਕ ਚੀਜ਼ ਸ਼ਾਪਿੰਗ ਸੈਂਟਰ ਹੀ ਲੱਗਦੀ ਹੈ ਜਿਮ ਆ ਸੈਮੀ ਜਿਮ ਨਹੀਂ ਹੈਗਾ ਨਵਾਂ ਖੁੱਲਿਆ ਲੱਗਦਾ ਮੈਨੂੰ ਇਹ ਵੀ ਸਾਲੇ ਥਾਂ ਥਾਂ ਖੋਲ ਦਿੰਦੇ ਨੇ ਦੱਸ ਤੁਸੀਂ ਨਾ ਹਾਂ ਗੱਡੀ ਮੋੜੋ ਕਾਹਦੇ ਲਈ ਮੈਂ ਜਾਣਾ ਉੱਥੇ ਉਹ ਨਹੀਂ ਕੀ ਕਰਨਾ ਗਰਮੀ ਆ ਗੱਡੀ ਮੋੜੋ ਮੈਂ ਜਾਣਾ ਉਹ ਯਾਰ ਫੇਰ ਕਿਸੇ ਦਿਨ ਚਲੀ ਜਾਈਂ ਨਾਲੇ ਕਾਰਡ ਦੇ ਉੱਤੇ ਰੱਖ ਮੈਨੂੰ ਆਪਣਾ ਕਿੱਥੇ ਪਿਆ ਚਾਹੀਦਾ ਸੀ ਮੈਨੂੰ ਬਸ ਅੱਛਾ ਤੁਸੀਂ ਹੁਣ ਇਹਦਾ ਨਾ ਹਾਂ ਪਿੰਨ ਦਿਓ ਜਰਾ ਮੈਨੂੰ ਪੈਨ ਤਾਂ ਮੈਂ ਤਾਂ ਰੱਖਦਾ ਨਹੀਂ ਮੈਂ ਤਾਂ ਗੱਡੀ 'ਚ ਕਦੇ ਪੈਨ ਰੱਖਿਆ ਨਹੀਂ ਹੈਗਾ ਘਰੇ ਹੁੰਦੇ ਨੇ ਲਿਖਣ ਲਿਖਣ ਨੂੰ ਉਹ ਪੈਨ ਨਹੀਂ ਹਾਂ ਪਿੰਨ ਨੰਬਰ ਕਾਰਡ ਦਾ ਕਾਰਡ ਦਾ ਪਿੰਨ ਯਾਰ ਪਤਾ ਨਹੀਂ ਕਿੰਨਾ ਭੁਲੇਖਾ ਜਿਹਾ ਭਲਾ ਜਿਹਾ ਪਿੰਨ ਸੀ ਪਤਾ ਨਹੀਂ ਕੀ ਸੀ ਆ 4-3 ਪਤਾ ਨਹੀਂ ਕੀ ਸੀ ਕਦੇ ਯੂਜ਼ ਹੀ ਨਹੀਂ ਕੀਤਾ ਠੀਕ ਹੈ ਠੀਕ ਹੈ ਮੈਂ ਪੇਪਰਸ ਕਰ ਦੂੰ ਕੀ ਕਰਦੇ ਹੀ ਪੇਪਰਸ ਚੱਲਦਾ ਨਾ ਪਰ ਜਿਹੜੇ ਹਿਸਾਬ ਨਾਲ ਤੂੰ ਸ਼ਾਪਿੰਗ ਕਰਦੀ ਹੁਣ ਤਾਂ ਪੇਪਰਸ ਹੁੰਦਾ ਨਹੀਂ ਨਾ ਲੇਵਾ ਚੱਲਦਾ ਕਿਹੜਾ ਕਿਹੜਾ ਬਾਏ ਹੋਲਡ ਕਰਵਾ ਦੂੰਗੀ ਸਮਾਨ ਨੈਕਸਟ ਡੇ ਫੁੱਲ ਪੇਮੈਂਟ ਕਰ ਦੂੰਗੀ ਜਾਨੀ ਕਿ ਕਰਨੀ ਜ਼ਰੂਰ ਆ ਹਾਂ ਹੁਣ ਤੁਹਾਡੀ ਸਜ਼ਾ ਤੁਹਾਨੂੰ ਦੇਣੀ ਹੋਈ ਹੈ ਕੁੜੀ ਦੇ ਨਾਲ ਤੁਸੀਂ ਬਾਹਰ ਦੇਖਦੇ ਹੋ ਕੁੜੀਆਂ ਸਜ਼ਾ ਤੁਹਾਨੂੰ ਮਿਲਣੀ ਚਾਹੀਦੀ ਹੈ ਆਏ ਖੜ ਜਾ ਉਹ ਕਿ ਉੱਪਰ ਹੀ ਚੜਾ ਦੂਗਾ ਇਹ ਤਾਂ ਜਿੱਦਾਂ ਬਸ ਹੁਣ ਲਾ ਦੋ ਇੱਥੇ ਕਿਤੇ ਪਾਰਕਿੰਗ ਬੱਚਿਆਂ ਨੂੰ ਗੋਦੀ ਚੱਕ ਲਿਓ ਗਰਮੀ ਬਹੁਤ ਹੈ ਗੋਦੀ ਵੀ ਮੈਂ ਚੱਕਾਂ ਹਾਂ ਬੱਚਾ ਤੁਹਾਡਾ ਹੈ ਨਾ ਤੇਰਾ ਨਹੀਂ ਹੈਗਾ ਹਾਂ ਤੇ ਮੈਂ ਸਮਾਨ ਚੱਕੂੰਗੀ ਹਸਬੈਂਡ ਵਾਈਫ ਤਾਂ ਵੰਡ ਕੇ ਹੀ ਸਮਾਨ ਕੰਮ ਕਰਦੇ ਨਾ ਇੱਕ ਤਾਂ ਨਾ ਸ਼ਾਪਿੰਗ ਸੈਂਟਰ ਵੀ ਥਾਂ ਥਾਂ ਖੋਲ ਦਿੰਦੇ ਨੇ ਸਾਲੇ ਐ ਨਹੀਂ ਵੀ ਬੰਦਾ ਬੰਦਾ ਕੋ ਬੰਦਾ ਦੇਖ ਲਈਏ ਵੀ ਥੋੜ੍ਹਾ ਪਰੇ ਹੀ ਖੋਲ ਲਓ ਘਰ ਤੋਂ ਤੁਸੀਂ ਪਲੀਜ਼ ਪਕਾਓ ਨਾ ਹੁਣ ਮੈਨੂੰ ਖਾਣ ਪੀਣ ਦਾ ਸਮਾਨ ਲੈ ਕੇ ਰੱਖੋ ਉੱਥੇ ਮੈਂ ਬਸ ਫਿਨਿਸ਼ ਕਰਕੇ ਆਉਂਦੀ ਹਾਂ